ਮੋਗਾ ਦੇ ਪਿੰਡ ਧੂਰਕੋਟ ਦੇ ਸਰਪੰਚ ਵੱਲੋਂ ਫੰਡਾਂ ਦਾ 71 ਲੱਖ ਰੁਪਿਆ ਖੁਰਦ-ਪੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਤੋਂ ਮੋਗਾ ਵਾਇਆ ਬਰਨਾਲਾ ਹੋ ਕੇ ਲੰਘਣ ਵਾਲੇ ਕੌਮੀ ਸ਼ਾਹ ਮਾਰਗ 71 ਨੂੰ ਚਾਰ ਮਾਰਗੀ ਕਰਨ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਪਿੰਡ ਧੂਰਕੋਟ ਕਲਾਂ ਦੀ ਐਕਵਾਇਰ ਹੋਈ ਪੰਚਾਇਤੀ ਜ਼ਮੀਨ ਦੇ ਗ੍ਰਾਮ ਪੰਚਾਇਤ ਨੂੰ ਮਿਲੇ 71 ਲੱਖ ਰੁਪਏ ਦੇ ਫੰਡਾਂ ਦੇ ਖਰਚ ਵੇਰਵੇ ਜਾਣਨ ਦੇ ਲਈ ਪਿੰਡ ਦੇ ਨੰਬਰਦਾਰ ਤਰਸੇਮ ਸਿੰਘ ਪੰਚ ਅਤੇ ਕੁਝ ਹੋਰ ਪੰਚਾਇਤ ਮੈਂਬਰਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਗਾਇਆ ਹੈ ਕਿ ਇਹਨਾਂ ਫੰਡਾਂ ਦੀ ਦੁਰਵਰਤੋਂ ਹੋਈ ਹੈ ਅਤੇ ਸਰਪੰਚ ਵੱਲੋਂ ਇਸ ਮਾਮਲੇ ਵਿੱਚ ਸਮੁੱਚੀ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਨੇ ਪੜਤਾਲ DDPO ਮੋਗਾ ਨੂੰ ਦੇ ਦਿੱਤੀ ਹੈ।